कि कई तो भैन हले भी घरे बैठी सोच दिया ने कि असं मोर्चे ते जाइए ना जाइए, डर लगता भाई सानू तो उत्थे दा खालिस्तान की गल की जाती है, अतवाद की गल की जाती है, वक्खवाद की गल की जाती है। जिहड़ा ये वाला मुद्दा है ना, ये खालिस्तान का है ना, ये अतवाद का है। थानू इत्थे इन्ने बंदे नजर आ रहे ने, किसी कोई रफल कोई स्टेन गन किसी भी तरह का कोई तुसी देख सकते हो, हथियार है सारे खाली हाथ ने, अतवाद कित्थों हो गया जी? ते कदों तो सेवा कर रहे हो इत्थे? 28 दसंबर तो जी, 28 दसंबर तो लगातार इत्थे सेवा कर रहे। ते कदों तक दा तुसी तुहाडा ख्याल है सेवा निभाउण दा? जद तक जी उपर वाला बढ़ाई रखेगा चली जावांगे। मोदी सरकार नूं जिन्हां ने गंदे कानून पास करके सारे किसानां नूं दिल्ली दी हिक ते लिया के बिठाता, उन्हां नूं कोई सुनेहा? काला कानून रद्द करते नहीं तो दिल्ली नूं साह भी होने बंद हो जाएंगे, जिहड़े हिसाब नाल इत्थे बंदे इकट्ठ करी जांदे हैगे बंदे होर आई जाने आ, इहदा आई जाने मुक्कणे तां है नहीं आ। ਇਹ ਕਹਿੰਦੇ ਨੇ ਵੀ ਜਿਹੜੀ ਸਿੱਖ ਕੌਮ ਆ ਵੀ ਉਹ 2% ਹੈ, 2% ਦਾ ਹਜੇ ਤਾਂ ਇੱਥੇ 10% ਵੀ ਨਹੀਂ ਆਇਆ, ਜਦੋਂ 100% ਆ ਗਿਆ ਫਿਰ ਸਾਹ ਦਾ ਕੀ ਕਹਿੰਦੇ ਵੇ, ਹਵਾ ਵੀ ਕ੍ਰੋਸ ਹੋਣੀ ਬੰਦ ਹੋ ਜੂ। ਸਪੈਸ਼ਲੀ ਲੇਡੀਜ਼ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਵੀ ਉਹ ਆਪਦੇ ਘਰਾਂ 'ਚ ਵੀ ਇੰਨਾ ਸਿਕਿਓਰ ਨਹੀਂ ਫੀਲ ਕਰਦੀਆਂ ਹੋਣਗੀਆਂ ਜਿੰਨਾ ਇੱਥੇ ਆ ਕੇ ਕਰਨਗੀਆਂ। ਹਾਂ ਜੀ, ਤੁਹਾਨੂੰ ਵਾਹਿਗੁਰੂ ਜੀ ਦਿਖਾ ਰਿਹਾ KFC, ਇਹ ਰੈਸਟੋਰੈਂਟ ਦਾ ਨਾਮ ਬਦਲ ਕੇ ਹੁਣ ਕਰ ਦਿੱਤਾ ਗਿਆ ਕਿਸਾਨ ਫੂਡ ਕਾਰਨਰ, ਧਿਆਨ ਨਾਲ ਦੇਖੋ। ਅਤੇ ਹੁਣ ਹੌਲੀ 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 ਇਹ ਚੀਜ਼ਾਂ ਐਵੇਂ ਹੀ ਹੋਣੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਅੱਗੇ ਹੋਰ ਬਦਲੀਆਂ ਜਾਣਗੀਆਂ ਹਲੇ ਵੀ ਸਰਕਾਰ ਸਮਝ ਆਵੇ। ਜਿੱਦਾਂ ਆਹ ਟਰਾਲੀਆਂ ਲੱਗੀਆਂ, ਇੱਕ ਪੰਜਾਬ ਉਰੇ ਨਵਾਂ ਵੱਸ ਗਿਆ ਆ, ਨਾਲ ਲੰਗਰ ਵਰਤਾਇਆ ਜਾ ਰਿਹਾ, ਨਾਲ ਸਫਾਈ ਦਾ ਹੀ ਪੂਰਾ ਧਿਆਨ ਰੱਖਿਆ ਜਾ ਰਿਹਾ, ਗੰਦ ਬਿਲਕੁਲ ਨਹੀਂ ਪੈਣ ਦਿੱਤਾ ਜਾ ਰਿਹਾ। ਅਤੇ ਲੋਕਲ ਹਾਈਟਸ ਜਿਹੜੇ ਹੈਗੇ ਨੇ ਉਹ ਵੀ ਆਪਣਾ ਬਿਜ਼ਨਸ ਪ੍ਰੋਪਰਲੀ ਕਰ ਰਹੇ ਨੇ, ਇਹ ਨਹੀਂ ਕਿਸੇ ਨੂੰ ਮਨਾ ਕੀਤਾ ਜਾ ਰਿਹਾ ਕਿ ਇਹਨੇ ਲੰਗਰ ਵਰਤਾ ਰਹੇ ਹੋ ਤੁਸੀਂ ਰੇਹੜੀਆਂ ਨਹੀਂ ਲਾਉਣੀਆਂ ਜਾਂ ਕੁਛ ਨਹੀਂ ਕਰਨਾ। ਅਤੇ ਹਰ ਤਰ੍ਹਾਂ ਦੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ, ਇੱਧਰ ਭੈਣਾਂ ਬੈਠੀਆਂ ਨੇ, ਸਾਈ ਦੀ ਸੇਵਾ ਨਿਭਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਗਤਾਂ ਕਿੱਥੋਂ ਜੀ? ਮੈਂ ਜੀ ਬਰਨਾਲੇ ਸ਼ਹਿਰ ਤੋਂ ਹਾਂ। ਹਾਂ, ਮੇਰੇ ਨਾਲ ਮੇਰੇ ਭੈਣ ਬੈਠੇ ਬਲਜਿੰਦਰ ਕੌਰ ਲੁਧਿਆਣੇ ਤੋਂ। ਜੀ, ਅਤੇ ਕਦੋਂ ਤੋਂ ਸੇਵਾ ਕਰ ਰਹੇ ਹੋ ਇੱਥੇ? 28 ਦਸੰਬਰ ਤੋਂ ਜੀ, 28 ਦਸੰਬਰ ਤੋਂ ਲਗਾਤਾਰ ਇੱਥੇ ਸੇਵਾ ਕਰ ਰਹੇ। ਤਾਂ ਕਦੋਂ ਤੱਕ ਦਾ ਤੁਸੀਂ ਤੁਹਾਡਾ ਖਿਆਲ ਹੈ ਸੇਵਾ ਨਿਭਾਉਣ ਦਾ? ਜਦ ਤੱਕ ਜੀ ਉੱਪਰ ਵਾਲਾ ਬਿਠਾਈ ਰੱਖੇਗਾ ਚੱਲੀ ਜਾਵਾਂਗੇ। ਜਦੋਂ ਤੱਕ ਉੱਪਰ ਵਾਲਾ ਬਿਠਾਈ ਰੱਖੇਗਾ ਚੱਲੀ ਜਾਵਾਂਗੇ। ਮੋਦੀ ਸਰਕਾਰ ਨੂੰ ਜਿਹਨਾਂ ਨੇ ਗੰਦੇ ਕਾਨੂੰਨ ਪਾਸ ਕਰਕੇ ਸਾਰੇ ਕਿਸਾਨਾਂ ਨੂੰ ਦਿੱਲੀ ਦੀ ਹਿੱਕ 'ਤੇ ਲਿਆ ਕੇ ਬਿਠਾਤਾ, ਉਹਨਾਂ ਨੂੰ ਕੋਈ ਸੁਨੇਹਾ? ਹੁਣ ਤਾਂ ਇਹੀ ਸੁਨੇਹਾ ਜੀ, ਕਾਲਾ ਕਾਨੂੰਨ ਰੱਦ ਕਰਦੇ ਨਹੀਂ ਤਾਂ ਦਿੱਲੀ ਨੂੰ ਸਾਹ ਵੀ ਹੋਣੇ ਬੰਦ ਹੋ ਜਾਣਗੇ, ਜਿਹੜੇ ਹਿਸਾਬ ਨਾਲ ਇੱਥੇ ਬੰਦੇ ਇਕੱਠ ਕਰੀ ਜਾਂਦੇ ਹੈਗੇ ਆ ਬੰਦੇ ਹੋਰ ਆਈ ਜਾਣੇ ਆ, ਇਹਦਾ ਆਈ ਜਾਣੇ ਮੁੱਕਣੇ ਤਾਂ ਹੈ ਨਹੀਂ ਆ। ਲੰਗਰ ਪਾਣੀ ਸਭ ਕੁਝ ਇੱਥੇ ਚੱਲੀ ਜਾਂਦਾ, ਵਾਸ਼ਿੰਗ ਮਸ਼ੀਨਾਂ ਇੱਥੇ ਆ ਗਈਆਂ, ਬੂਟ ਪਾਲਿਸ਼ ਮੋਚੀ ਸਭ ਕੁਝ ਇੱਥੇ, ਸਭ ਕੁਝ ਫਰੀ ਹੋਈ ਜਾਂਦਾ ਜੀ, ਇੱਥੇ ਤਾਂ ਮੁੱਕਣ ਵਾਲਾ ਹੈ ਨਹੀਂ ਹੈ। ਐਂ ਵੀ ਬੰਦੇ ਹੋਰ ਜ਼ਰੂਰ ਵੱਧ ਜਾਣਗੇ, ਜੇ ਹੋ ਸਕਦਾ ਤਾਂ ਇਹਨੂੰ ਕਾਲੇ ਕਾਨੂੰਨ ਰੱਦ ਜਲਦੀ ਕਰ ਦੇਣੇ ਚਾਹੀਦੇ ਨੇ, ਨਹੀਂ ਤਾਂ ਇਹਦੇ ਸਾਹ ਤਾਂ ਆਉਣੇ ਔਖੇ ਨੇ, ਹੁਣ ਦਿੱਲੀ ਦੇ ਸਾਹ ਤਾਂ ਬੰਦ ਹੋਏ ਪਏ ਆ। ਬਿਲਕੁਲ ਜੀ, ਮੈਡੀਕਲ ਕੈਂਪ ਪਿੱਛੇ ਲੱਗੇ ਹੋਏ ਸੀ, ਮੋਚੀ ਬੈਠੇ ਹੋਏ ਸੀ, ਕਿੰਨੇ ਲੰਗਰ ਲੱਗੇ ਨੇ, ਦੁੱਧ ਦੇ ਲੰਗਰ ਵਰਤਾਏ ਜਾ ਰਹੇ ਨੇ, ਉਹ ਹਰ ਚੀਜ਼ਾਂ ਤੁਹਾਨੂੰ ਦਿਖਾਈਆਂ। ਭੈਣ ਵੀ ਇੱਧਰ ਬੈਠੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ, ਆਪਾਂ ਲੁਧਿਆਣੇ ਤੋਂ ਕਦੋਂ, ਮਤਲਬ ਇਹ ਸੇਵਾ ਕਰਨ ਦਾ ਕਿੱਦਾਂ ਆਇਆ? ਤੁਹਾਨੂੰ ਡਰ ਨਹੀਂ ਲੱਗਿਆ ਕਿਉਂਕਿ ਕਈ ਤਾਂ ਭੈਣਾਂ ਹਲੇ ਵੀ ਘਰੇ ਬੈਠੀਆਂ ਸੋਚਦੀਆਂ ਨੇ ਕਿ ਅਸੀਂ ਮੋਰਚੇ 'ਤੇ ਜਾਈਏ ਨਾ ਜਾਈਏ, ਡਰ ਲੱਗਦਾ ਭਾਈ ਸਾਨੂੰ ਤਾਂ ਉੱਥੇ ਦਾ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ, ਅੱਤਵਾਦ ਦੀ ਗੱਲ ਕੀਤੀ ਜਾਂਦੀ ਹੈ, ਵੱਖਵਾਦ ਦੀ ਗੱਲ ਕੀਤੀ ਜਾਂਦੀ ਹੈ। ਜਿਹੜਾ ਇਹ ਵਾਲਾ ਮੁੱਦਾ ਹੈ ਨਾ, ਇਹ ਖਾਲਿਸਤਾਨ ਦਾ ਹੈ ਨਾ, ਇਹ ਅੱਤਵਾਦ ਦਾ ਹੈ। ਤੁਹਾਨੂੰ ਇੱਥੇ ਇੰਨੇ ਬੰਦੇ ਨਜ਼ਰ ਆ ਰਹੇ ਨੇ, ਕਿਸੇ ਦੇ ਕੋਈ ਰਫਲ ਕੋਈ ਸਟੇਨ ਗਨ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਦੇਖ ਸਕਦੇ ਹੋ, ਹਥਿਆਰ ਹੈ ਸਾਰੇ ਖਾਲੀ ਹੱਥ ਨੇ, ਅੱਤਵਾਦ ਕਿੱਥੋਂ ਹੋ ਗਿਆ? ਫਿਰ ਨੈਸ਼ਨਲ ਮੀਡੀਆ ਕਿੱਦਾਂ ਪ੍ਰਚਾਰ ਰਿਹਾ ਹੈ? ਹੁਣ ਅਸੀਂ ਨੈਸ਼ਨਲ ਮੀਡੀਆ ਨੂੰ ਜਦੋਂ ਕਹਿੰਦੇ ਅਸੀਂ ਇਹ ਮੁੱਦਾ ਨੈਸ਼ਨਲ ਮੀਡੀਆ ਦਾ ਵੀ ਚੱਕ ਲਿਆ, ਫਿਰ ਕਹਿੰਦੇ ਨੈਸ਼ਨਲ ਮੀਡੀਆ ਨੂੰ ਵੀ ਥਾਂ ਨਹੀਂ ਇੱਥੇ ਹੋਣੀ, ਭੱਜਣ ਨੂੰ ਕਿਤੇ ਵੀ ਥਾਂ ਨਹੀਂ ਇੱਥੇ ਹੋਣੀ ਉਹਨਾਂ ਨੂੰ। ਹਜੇ ਪਹਿਲਾਂ ਜਿਹੜਾ ਸਾਡਾ ਕਹਿੰਦੇ ਮੇਨ ਮੋਟਿਵ ਹੈ, ਠੀਕ ਹੈ, ਜਿਹੜੇ ਉਹਨੇ ਸਾਡੀ ਖੇਤੀ ਦੇ ਖਿਲਾਫ ਸਾਡੇ ਪੇਟ ਦੇ ਖਿਲਾਫ ਜਿਹੜੇ ਕਾਨੂੰਨ ਉਹਨਾਂ ਨੇ ਕੀਤੇ ਨੇ, ਅਸੀਂ ਫਿਲਹਾਲ ਉਹਨਾਂ ਨੂੰ ਲੈ ਕੇ ਬੈਠੇ ਹਾਂ ਨਾ। ਹਜੇ ਅਸੀਂ ਕਹਿੰਦੇ ਇੱਥੇ ਨਾ ਕੋਈ ਜਾਤ, ਨਾ ਕੋਈ ਗੋਤ, ਨਾ ਕੋਈ ਧਰਮ, ਇੱਥੇ ਕਿਸੇ ਚੀਜ਼ ਦਾ ਕੋਈ ਮਸਲਾ ਨਹੀਂ ਹੈ। ਸਿਰਫ ਮਸਲਾ ਇਹ ਜਿਹੜੇ ਮੋਦੀ ਨੇ 3 ਆਰਡੀਨੈਂਸ ਪਾਸ ਕੀਤੇ ਨੇ ਉਹਨਾਂ ਦਾ, ਅਸੀਂ ਜਿੰਨੇ ਜਲਦੀ ਉਹ ਹੋ ਸਕੇ ਉਹ ਰੱਦ ਕਰ ਦੇਵੇ, ਨਹੀਂ ਤਾਂ ਕਹਿੰਦੇ ਫਿਰ ਹੁਣ ਦੇਖ ਹੀ ਰਹੇ ਹਾਂ। ਕਹਿੰਦੇ ਇਹ ਕਹਿੰਦੇ ਨੇ ਵੀ ਜਿਹੜੀ ਸਿੱਖ ਕੌਮ ਆ ਵੀ ਉਹ 2% ਹੈ, 2% ਦਾ ਹਜੇ ਤਾਂ ਇੱਥੇ 10% ਵੀ ਨਹੀਂ ਆਇਆ, ਜਦੋਂ 100% ਆ ਗਿਆ ਫਿਰ ਸਾਹ ਦਾ ਕੀ ਕਹਿੰਦੇ ਵੇ, ਹਵਾ ਵੀ ਕ੍ਰੋਸ ਹੋਣੀ ਬੰਦ ਹੋ ਜੂ, ਦਿੱਲੀ ਨੂੰ ਉਦਾਂ ਹੀ ਸਾਹ ਆਉਣੇ ਬੰਦ ਹੋ ਜਾਣਗੇ।
मैं कहूँगा साडे पंजाब दियां ओ धीआं ओ मावां ने जिन्हां दे हौसलिया दे नूं देख के साडे हौसलिया नूं उड़ान आती है, उड़ान मिलती है। पर अजे भी कई भैं कई मापे अजे ने जिहड़े घरां दे विच बैठ के सोच रहे हैं कि असीं जाइए ना जाइए, उत्थे किदां दा माहौल होगा। तो मैं कहना आह देखो परिवार ने अपने पिछे बोर्ड लगे हुए ने, मुफ्त सेवा, हर चीज़ की किसी चीज़ की कमी नहीं है इत्थे, हर चीज़ वध चढ़ के मिल रही है। पिछे भी गल की उन्होंने कहा कि जिहड़ियां चीज़ां सानू घर च नहीं अवेलेबल होंदियां वह चीज़ां भी इत्थे मुहैया हो रही ने, तो यह उस परमात्मा की कला वरत रही है। तो यह इतिहास लिखा जा रहा है, तो इस इतिहास के अगर तुम अपना नाम दर्ज करवा लिया बहुत चंगा आ। जे तुसी अजे भी घरां च बैठ के सोचते रहे इस इतिहासिक मूवमेंट दे विच अपना नाम नहीं दर्ज करवाया तो तुहाड़ियां पीढ़ियां तुहाड़ियां नवीं पनीरियां तुहानू कदे नहीं माफ करनगियां। होर भैण कोई सुनेहा सरकारां नूं संगत नूं जिहड़ी डरदी है? मैं सिर्फ स्पेशली लेडीज़ नूं यही अपील करना चाहांगी भी आपके घरां च भी इन्ना सिक्योर नहीं फील करदियां होणगियां जिन्ना इत्थे आ के करनगियां। मैं मतलब इत्थों 7 बजे नियर अबाउट क्लोज करके KFC जानी है, KFC तो ਸਾਂਝੀ ਸਾਥ ਵੀ ਚੱਲ ਜਾਂਦੀ ਹੈ। ਮੈਂ ਕਦੇ ਇੱਦਾਂ ਦਾ ਆਪਣੇ ਪਿੰਡ ਵਿੱਚ ਸਿਕਿਓਰ ਨਹੀਂ ਸੀ ਮਹਿਸੂਸ ਕੀਤਾ ਜਿੰਨਾ ਮੈਂ ਇੱਥੇ ਆ ਕੇ ਕੀਤਾ। ਮੈਨੂੰ ਇੱਦਾਂ ਦੀ ਕਿਸੇ ਦੀ ਅੱਖ ਨਜ਼ਰ ਨਹੀਂ ਆਈ ਵੀ ਜਿਹੜੀ ਸਾਨੂੰ ਘੂਰਦੀ ਹੋਵੇ, ਮੈਲੀ ਅੱਖ ਕਹਿ ਲਓ ਜਾਂ ਘੂਰਦੀ ਕਹਿ ਲਓ, ਠੀਕ ਹੈ ਵੀ ਮੈਂ ਇੱਕ ਵੀ ਇੱਦਾਂ ਦੀ ਅੱਖ ਨਹੀਂ ਦੇਖੀ ਵੀ ਜਿਹੜੀ ਬੁਰਾ ਤੱਕਦੀ ਹੋਵੇ। ਸੋ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆ ਕੇ ਆਪਣੇ ਬਜ਼ੁਰਗਾਂ ਨਾਲ ਆਪਣੇ ਭਰਾਵਾਂ ਨਾਲ ਖਲੋਣਾ ਚਾਹੀਦਾ ਉਹਨਾਂ ਨੂੰ ਬਾਹਰ ਨਿਕਲ ਕੇ। ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਇਹਨਾਂ ਨੇ ਨਸ਼ੇੜੀ ਕਹਿ ਕੇ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ, ਮੋਰਚਿਆਂ ਨੇ ਦਰਸਾਤਾ ਕਿ ਪੰਜਾਬ ਦੀ ਨੌਜਵਾਨੀ ਕਿੰਨੀ ਕੁ ਸੁਹਿਰਦ ਤੇ ਕਿੰਨੀ ਕੁ ਸਮਝਦਾਰ। ਨਹੀਂ ਪੰਜਾਬ ਦੀ ਨੌਜਵਾਨੀ ਨੂੰ ਸਿਰਫ ਦੇਖੋ ਉਹ ਐਜੂਕੇਟਡ ਨੇ, ਉਹ ਕਹਿੰਦੇ ਜੇ ਕਹਿੰਦੇ ਸਾਡੇ ਤੋਂ ਇਕੱਠੇ ਹੋ ਕੇ ਨੌਕਰੀਆਂ ਮੰਗਣ ਲੱਗ ਗਏ ਤਾਂ ਕਹਿੰਦੇ ਫਿਰ ਸਾਡੇ ਲਈ ਮੁਸ਼ਕਲ ਹੋ ਜੂ, ਸਾਡੀ ਕੁਰਸੀ ਚੱਲ ਜਾਣੀ ਆ, ਰੌਲਾ ਸਾਰਾ ਕੁਰਸੀ ਦਾ ਹੀ ਹੈ। ਇਸ ਕਰਕੇ ਉਹਨਾਂ ਨੇ ਨਾ ਸਾਡੀ ਨੌਜਵਾਨੀ ਨੂੰ ਬਦਨਾਮ ਕਰ ਦਿੱਤਾ ਵੀ ਸਾਡੀ ਜਿਹੜੀ ਸਰਕਾਰ ਆ ਉਹਦੇ ਮੱਥੇ 'ਤੇ ਕਲੰਕ ਨਾ ਲੱਗੇ, ਅਸੀਂ ਉਲਟਾ ਇਹਨਾਂ ਦੀ ਨੌਜਵਾਨੀ ਨੂੰ ਇਹ ਭੰਡਦੀ। ਨੌਜਵਾਨੀ ਨੇ ਸਿੱਧ ਕਰ ਦਿੱਤਾ ਵੀ ਅਸੀਂ ਨਸ਼ੇੜੀ ਨਹੀਂ ਹੈਗੇ, ਅਸੀਂ ਕਾਮਿਆਂ, ਅਸੀਂ ਕਾਮਿਆਂ ਦੇ ਪੁੱਤ ਧੀ ਹਾਂ। ਹੁਣ ਮੈਂ ਇਹ ਵੀ ਦੇਖਦੀ ਹਾਂ ਵੀ ਮੇਰੇ ਵੀਰ ਕਈ ਵਾਰ ਨਾ 3-3 ਵਜੇ 2:30-2:30 ਵਜੇ ਉੱਥੇ ਮਤਲਬ ਪਾਣੀ ਗਰਮ ਕਰ ਰਹੇ ਹੁੰਦੇ ਨੇ, ਉਹ ਇੱਥੋਂ ਤੱਕ ਵੀ ਜਿਹੜੀਆਂ ਇੱਥੇ ਮੋਬਾਈਲ ਟੋਇਲਟਾਂ ਲਾਈਆਂ ਨੇ ਇਹਨਾਂ ਨੇ ਉਹ ਵੀ ਸਾਫ਼ ਕਰ ਰਹੇ ਹੁੰਦੇ ਨੇ। ਤਾਂ ਮੈਨੂੰ ਕਿਤੇ ਵੀਰ ਮੇਰਿਆ ਨਸ਼ਾ ਨਹੀਂ ਨਜ਼ਰ ਆਇਆ। ਸੋ ਸਰਕਾਰਾਂ ਨੂੰ ਇਹ ਵੀ ਅਪੀਲ ਆ ਵੀ ਸਾਡੀ ਨੌਜਵਾਨੀ ਨੂੰ ਕਹਿੰਦੇ ਕਲੰਕਿਤ ਨਾ ਕਰੋ ਤੁਸੀਂ ਨਸ਼ੇੜੀ ਕਹਿ ਕੇ। ਬਿਲਕੁਲ, ਕਿਉਂਕਿ ਉਹ ਨੌਜਵਾਨੀ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਨਾਲ ਵਾਸਤਾ ਰੱਖਦੀ ਹੈ, ਅਤੇ ਕਲਗੀਧਰ ਦਾ ਕਿਤੇ ਨਾ ਕਿਤੇ ਅੰਸ਼ ਇਹਨਾਂ ਦੇ ਵਿੱਚ ਵੀ ਹੈਗਾ ਹੈ। ਅਤੇ ਜੇਕਰ ਇਹਨਾਂ ਇਸ ਨੌਜਵਾਨੀ ਨੂੰ ਤੁਸੀਂ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤਾ, ਬਦਨਾਮ ਕਰਨ ਦੀ ਕੋਸ਼ਿਸ਼ ਕੀਤਾ, ਤਾਂ ਜਿੱਦਾਂ ਭੈਣ ਨੇ ਕਿਹਾ ਕਿ ਇਹ ਅੱਧੀ ਦੀ ਰਾਤ ਨੂੰ ਜਿਹੜੀਆਂ ਉਰੇ ਮੋਬਾਈਲ ਟੋਇਲਟਸ ਪਈਆਂ ਨੇ ਉਹ ਵੀ ਸਾਫ਼ ਕਰਦੀਆਂ ਨੇ ਨੌਜਵਾਨ, ਉਹ ਵੀ ਕਰਦੇ ਨੇ। ਆਹ ਹੁਣ ਪਿੱਛੇ ਨੌਜਵਾਨ ਇੱਕ ਝਾੜੂ ਮਾਰਦਾ ਸੀ, ਗੰਦ ਨਹੀਂ ਪੈਣ ਦਿੰਦੇ, ਮੋਰਚਾ ਲੱਗਿਆ ਹੈ। ਪਰ ਇਹ ਵੀ ਇਹਨਾਂ ਨੇ ਸਿੱਧ ਕਰਤਾ ਕਿ ਸਾਫ਼ ਸੁਥਰਾ ਰੱਖਣਾ ਆ ਅਸੀਂ ਆਪਣੀ ਜਗ੍ਹਾ ਨੂੰ ਜਿੱਥੇ ਅਸੀਂ ਮੋਰਚੇ ਲਾਏ ਨੇ, ਗੰਦ ਨਹੀਂ ਪਾਉਣਾ। ਪਰ ਗੰਦ ਜਿਹਨੇ ਸਭ ਤੋਂ ਵੱਧ ਪਾਇਆ ਆ ਉਹ ਹੈ ਮੋਦੀ ਸਰਕਾਰ, ਅਤੇ ਆਪਣਾ ਗੰਦ ਮੋਦੀ ਸਰਕਾਰ ਜਿੰਨੀ ਛੇਤੀ ਸਾਫ਼ ਕਰ ਲਏ ਬਹੁਤ ਚੰਗੀ ਗੱਲ ਹੈ। ਨਹੀਂ ਤਾਂ ਆਹ ਜਿਹੜੇ ਦਿੱਲੀ ਦੀ ਹਿੱਕ 'ਤੇ ਪਹੁੰਚੇ ਨਾ, ਇਹਨਾਂ ਨੇ ਜਦੋਂ ਰੰਧ ਪਾਉਣਾ ਸ਼ੁਰੂ ਕੀਤਾ ਫਿਰ ਤੁਹਾਡੇ ਤੋਂ ਉਹ ਰੰਧ ਪਾਇਆ ਹੋਇਆ ਸਾਂਭਿਆ ਨਹੀਂ ਜਾਣਾ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।